ਵੱਖ-ਵੱਖ ਮੀਡੀਆ ਜਥੇਬੰਦੀਆਂ ਤੇ ਪੱਤਰਕਾਰਾਂ ਵੱਲੋਂ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ ਗਿਆ। ਮੋਗਾ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਮੀਡੀਆ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਪ੍ਰੈਸ ਦੀ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਦਾ ਸਨਮਾਨ ਕਰਨ ਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਦਾ ਅਹਿਮ ਮੌਕਾ ਏ। ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਮਾਹੌਲ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੀਡੀਆ ਉਸਾਰੂ ਭੂਮਿਕਾ ਨਿਭਾ ਰਿਹਾ ਏ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਰੁਝਾਨ ਵਧਿਆ ਏ, ਪਰ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਪੱਤਰਕਾਰਾਂ ਦੀ ਨਿਰਸਵਾਰਥ ਸੇਵਾ ਦਾ ਸਤਿਕਾਰ ਕਰਨਾ ਬਣਦਾ ਏ, ਕਿਉਂ ਜੋ ਉਹ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਤੇ ਜਾਗਰੂਕ ਕਰਨ ਵਿੱਚ ਆਪਣਾ ਫਰਜ਼ ਨਿਭਾਉਂਦੇ ਨੇ। ਪੋਲਿੰਗ ਹੋਣੀ ਹੈ ਜਿਹਦੇ ਲਈ 7 ਮਈ ਨੂੰ ਨੋਟੀਫਿਕੇਸ਼ਨ ਹੋ ਜਾਣੀ ਹੈ ਅਤੇ ਫਿਰ ਵੱਖ ਵੱਖ ਸਟੇਜਸ ਤੋਂ ਹੁੰਦੇ ਹੋਏ 1 ਜੂਨ ਨੂੰ ਆਪਣਾ ਇਹ ਅਮਲ ਪੂਰਾ ਹੋ ਜਾਣਾ ਅਤੇ 4 ਜੂਨ ਨੂੰ ਉਹਦੀ ਕਾਊਂਟਿੰਗ ਹੋਣੀ ਹੈ ਪੂਰੇ ਦੇਸ਼ ਦੇ ਨਾਲ ਹੀ। ਉਹਦੇ ਦੌਰਾਨ ਕੀ ਫੈਸਿਲਿਟੀਜ਼ ਦਿੱਤੀਆਂ ਗਈਆਂ ਨੇ, ਇਲੈਕਸ਼ਨ ਕਮਿਸ਼ਨ ਦੇ ਕੀ ਉਪਰਾਲੇ ਨੇਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੀ ਕਰ ਰਿਹਾ, ਉਹ ਸਾਰੀ ਗੱਲ ਬਾਰੇ ਜਾਣਕਾਰੀ ਦੇਣੀ ਸੀ ਤਾਂ ਕਿ ਤੁਹਾਡੇ ਮਾਧਿਅਮ ਰਾਹੀਂ ਉਹ ਆਮ ਪਬਲਿਕ ਦੇ ਵਿੱਚ ਪਹੁੰਚੇ ਕਿ ਕੀ ਫੈਸਿਲਿਟੀਜ਼ ਹੋਣਗੀਆਂ। ਜਿਵੇਂ ਗਰਮੀ ਦਾ ਦਿਨ ਹੋਏਗਾ ਪੋਲਿੰਗ ਵਾਲੇ ਦਿਨ, ਤਾਂ ਉਸ ਦਿਨ ਕਈਆਂ ਨੂੰ ਔਖਾ ਲੱਗੇਗਾ, ਤਾਂ ਉਹ ਸਾਰੀਆਂ ਫੈਸਿਲਿਟੀਜ਼ ਅਸੀਂ ਦੱਸੀਆਂ ਨੇਗੀਆਂ ਕਿ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਏਗਾ, ਉੱਥੇ ਸ਼ਰਬਤ ਦੀ ਛਬੀਲ ਲੱਗੀ ਹੋਏਗੀ, ਉੱਥੇ ਛਾਂ ਦਾ ਪ੍ਰਬੰਧ ਹੋਏਗਾ, ਉੱਥੇ ਮੈਡੀਕਲ ਹੈਲਪ ਹੋਏਗੀ, ਉੱਥੇ ਉਹ ਕਿਸੇ ਨੂੰ ਲੋੜ ਪੈ ਜਾਂਦੀ ਆ ਤਾਂ ORS ਘੋਲ ਹੋਏਗਾ। ਇਹ ਤਮਾਮ